मेरे बेटे ने सब जीतना नहीं का मुझ पर महाराज नु मानता सी बस और सब चीज ना नहीं मतलब करता कम ना मतलब सी अपना महाराज नु मानता सी साथ दे रोग मम्मी जाना जरूर तसाना कठे होना सारे मारन करके किसानां नूं इधर दे निकलिया भैण ते भरा दा बहुत प्यार हुंदा है की कहिंदे हुंदे सी किसानी अंदोलन नूं लैके जां की अखीरलियां गल्लां बातां की होईयां सी जो जान लगे सी ते मैं उन्होंने फोन किया मैं क्या मैनू मिल के जाए आंदे नहीं असीं आउंदे हुए तुहानू मिल के जावांगे पर पोस्टमार्टम दी गल हुई किस तरह देखदे हो सारीयां चीज़ां नूं कहिंदे कि रिपोर्टां ही गलत बन गईयां सी जो होणा हुंदा पहली वारी हो जांदा दुबारा ते एवें खाली कह दिंदियां गल्लां ने 40-45 मिंटां दे विच चार चार पोस्टमार्टम हो जाणे कोई मामूली जी गल मां की सोचदी आ किहो जी सज़ा मिलनी चाहीदी है दोषियों नूं उमर कैद सज़ा मिलदी उमर कैद सत्ता दे नशे च मदहोश होया मंत्री ते उसदा बेटा जिसने एक दर्दनाक घटना नूं अंजाम दिता चार किसान ते एक पत्रकार वीर जिन्हां दी शहादत हुई है गुरविंदर सिंह जिन्हां दे सिर दे विच वी गोली लगी और परिवार साडे नाल मौजूद है गुरविंदर सिंह हुणां दा गुरविंदर वी इस संघर्ष दे विच मौजूद सी उहनां दा वी नाम सुनहरी अखरां दे विच लिखिया गया पिता जी मेरे नाल ने उहनां दे माता जी मेरे नाल ने उहनां दे भैण ते उहनां दा परिवार जिहड़ा इधर चाचा जी और गुरविंदर सिंह हुणां दे भरा वी साडे नाल ने बापू जी किस तरह देखदे हो दुख दी इह घड़ी है और गुरविंदर सिंह हुणी पहली बार गए सी या लगातार जुड़े हुए सीगे मोर्चे दे नाल नहीं जी इह 2-3 महीनियां तों जाण रहे सी हां जी 3-4 महीने जुड़े हे 2-3 थावां ते गए वी सी आ तीजी वार है जी इहनां दा की कहे सी जदों घरों आए सीगे तां ਘਰੋਂ ਮੈਂ ਤੇ ਹੈਨੀ ਸਾਹਿਬ ਦੀ ਮਾਤਾ ਜੀ ਨੂੰ ਇਹ ਕਹਿ ਕੇ ਅਸੀਂ ਸਮੇਂ 4 ਵਜੇ ਤੱਕ ਆ ਜਾਵਾਂਗੇ ਜੀ ਤੇ ਕਦੋਂ ਪਤਾ ਲੱਗਦਾ ਘਟਨਾ ਦਾ ਕੀ ਆ ਘਟਨਾ ਵਾਪਰ ਗਈ ਆ ਮੈਨੂੰ ਪਤਾ ਤੇ ਲੱਗ ਜਾਂਦਾ ਸੀ ਕਰੀਬ 10-15 ਮਿੰਟਾਂ ਬਾਅਦ ਹੀ ਤੇ ਮੈਂ ਘਰੇ ਹੈ ਨਹੀਂ ਸੀ ਮੈਂ ਜੌਨਪੁਰ ਸੀ ਫਿਰ ਮੈਂ ਉੱਥੋਂ 4 ਵਜੇ ਬੱਸ ਫੜੀ ਫਿਰ 11 ਵਜੇ ਇੱਥੇ ਪਹੁੰਚਿਆ ਦੂਰ ਪੈਂਦਾ ਘਟਨਾ ਜਿੱਥੇ ਹੋਈ ਉੱਥੋਂ ਤੁਹਾਡਾ ਪਿੰਡ ਇੱਥੋਂ ਲਗਭਗ ਪੈ ਜਾਂਦਾ 125 ਕਿਲੋਮੀਟਰ ਹਾਂਜੀ 200 ਕਿਲੋਮੀਟਰ ਪੈਂਦੇ ਮਾਤਾ ਜੀ ਉਹਨਾਂ ਨਾਲ ਗੱਲ ਕਰਕੇ ਆਏ ਸੀਗੇ ਮਾਤਾ ਜੀ ਗੁਰਵਿੰਦਰ ਵੀਰ ਹੁਣੀ ਤੁਹਾਡੇ ਨਾਲ ਗੱਲ ਕਰਕੇ ਆਏ ਸੀਗੇ ਵੀ ਮੈਂ ਜਾਣਾ ਧਰਨੇ ਦੇ ਵਿੱਚ ਕੀ ਕਹਿ ਕੇ ਆਏ ਸੀਗੇ ਤੁਹਾਨੂੰ ਤਾਂ ਦੱਸ ਕੇ ਆਏ ਹੁਣੇ ਦੱਸ ਕੇ ਕੋਈ ਨਹੀਂ ਆਂਦੇ ਸੀਗੇ 4-5 ਵਜੇ ਤੱਕ ਆ ਜਾਵਾਂਗੇ ਅਸੀਂ ਇਹ ਕਹਿੰਦੇ ਮੈਂ ਰੋਗ ਦੀ ਸੀ ਆਂਦਾ ਸੀ ਨਹੀਂ ਮੰਮੀ ਜਾਣਾ ਜ਼ਰੂਰ ਉੱਥੇ ਕਿਸਾਨਾਂ ਇਕੱਠੇ ਹੋਣਾ ਸਾਰਿਆਂ ਤੇ ਜਾਣਾ ਹੈ ਜਾਵਾਂਗੇ ਨਹੀਂ ਤੇ ਫਿਰ ਕਿਵੇਂ ਫੈਸਲੇ ਹੋਣਗੇ ਆਪਣੇ ਇਸ ਕਰਕੇ ਦੱਸ ਤੁਹਾਨੂੰ ਸੁਨੇਹਾ ਆਉਂਦਾ ਘਰੇ ਜਾਂ ਪਿਤਾ ਜੀ ਨੂੰ ਪਹਿਲਾਂ ਸੁਨੇਹਾ ਲੱਗ ਜਾਂਦਾ ਵੀ ਇਸ ਤਰ੍ਹਾਂ ਹੋ ਗਈ ਘਟਨਾ ਤੁਹਾਨੂੰ ਕਦੋਂ ਦੱਸਦੇ ਨੇ ਹਾਂ ਘਰੇ ਹੀ ਸੁਣਿਆ ਗਿਆ ਫੋਨ ਗਿਆ ਹਾਂਜੀ ਘਰੇ ਮੈਂ ਇਕੱਲੀ ਸੀ ਘਰੇ ਹੋਰ ਸੀਗੇ ਪਰਿਵਾਰ ਸੀ ਅੱਡ ਸੀ ਥੋੜਾ ਆਪਣੇ ਘਰੇ ਮੈਂ ਇਕੱਲੀ ਸੀਗੀ ਜਿਸ ਤਰ੍ਹਾਂ ਸੁਣਿਆ ਉਸ ਤਰ੍ਹਾਂ ਹੀ ਦੂਜਾ ਪਰਿਵਾਰ ਸਾਰਾ ਭੱਜ ਆਇਆ ਦੇਖਣ ਮਾਂ ਦੇ ਤੌਰ ਤੇ ਮੈਂ ਪੁੱਛਾਂ ਤਾਂ ਮਾਂ ਕੀ ਸੋਚਦੀ ਆ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀਆਂ ਨੂੰ ਉਮਰ ਕੈਦ ਸਜ਼ਾ ਮਿਲੇ ਉਮਰ ਕੈਦ ਹਾਂਜੀ ਉਹਦੇ ਪਿਓ ਨੂੰ ਲਾਇਆ ਅਸਤੀਫਾ ਦੇ ਦਿੱਤਾ ਜਾਵੇ ਮੰਤਰੀ ਦੋ ਵੀਡੀਓ ਸਾਹਮਣੇ ਆਇਆ ਸੀ ਜਿਹਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਕਿਦਾਂ ਸਾਡੇ ਕਿਸਾਨ ਵੀਰਾਂ ਦੇ ਉੱਪਰ ਗੱਡੀਆਂ ਚਾੜੀਆਂ ਗਈਆਂ ਪਰ ਹਜੇ ਵੀ ਯੋਗੀ ਸਾਹਿਬ ਕਹਿੰਦੇ ਕਿ ਕੋਈ ਸਬੂਤ ਨਹੀਂ ਮਿਲੇ ਚਾੜੀਆਂ ਗਈਆਂ ਗੱਡੀਆਂ ਹਾਂਜੀ ਉੱਥੇ ਸਾਰੇ ਉਹਨੇ ਇਸ ਰਸਤੇ ਤੇ ਨਿਕਲਣਾ ਨਹੀਂ ਦੂਜੇ ਰਸਤੇ ਜਾਣਾ ਸੀਗਾ
ਬਾਕੀ ਉਹਨੇ ਮਾਰਨ ਕਰਕੇ ਇਹਨਾਂ ਨੂੰ ਕਿਸਾਨਾਂ ਨੂੰ ਇੱਧਰ ਦੇ ਨਿਕਲਿਆ, ਨਹੀਂ ਤਾਂ ਉਹਨੇ ਰਸਤਾ ਜਿਹੜਾ ਹੈ ਉਹਨੇ ਨਹੀਂ ਲੰਘਣਾ ਸੀ ਇੱਧਰ ਦੀ, ਉਹਨੇ ਉਹਦਾ ਰਸਤਾ ਦੂਜਾ ਸੀਗਾ। ਹਰ ਬੰਦੇ ਦਾ ਕੋਈ ਨਾ ਕੋਈ ਸੁਪਨਾ ਹੁੰਦਾ, ਮਾਂ ਪਿਓ ਦੇ ਨਾਲ ਸੁਪਨਾ ਸਾਂਝਾ ਕਰਦਾ ਕਿ ਮੈਂ ਆਹ ਬਣਨਾ, ਬਣ ਕੇ ਦਿਖਾਉਣਾ ਮਾਪਿਆਂ ਨੂੰ। ਗੁਰਵਿੰਦਰ ਹੋਣਾ ਦਾ ਕੀ ਸੁਪਨਾ ਸੀ? ਮੇਰੇ ਬੇਟੇ ਨੂੰ ਇਹ ਸਭ ਚੀਜ਼ਾਂ ਨਹੀਂ ਹੈਗਾ ਮਤਲਬ, ਮਹਾਰਾਜ ਨੂੰ ਮੰਨਦਾ ਸੀ ਬਸ, ਹੋਰ ਉਹਨੂੰ ਸਭ ਚੀਜ਼ਾਂ ਨਹੀਂ ਮਤਲਬ, ਘਰ ਦਾ ਕੰਮ ਨਾ ਮਤਲਬ ਸੀ, ਆਪਣਾ ਮਹਾਰਾਜ ਨੂੰ ਮੰਨਦਾ ਸੀ, ਸਾਧ ਸੀ ਬਸ, ਬਾਣੀ ਹੋਰ ਕੋਈ ਚੀਜ਼ ਨਾ ਮਤਲਬ ਨਹੀਂ ਸੀ। ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਹੋਣੀਆਂ, ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਗੱਲਬਾਤ ਕਰਦੇ ਸੀ, ਸਾਂਝੀ ਕੀ ਕਹਿੰਦੇ ਸੀ ਗੁਰਵਿੰਦਰ ਸਿੰਘ ਜੀ? ਕਹਿੰਦਾ ਹੁੰਦਾ ਸੀ ਜਿੰਨਾ ਚਿਰ ਆਪਾਂ ਸਾਰੇ ਜੁੜਾਂਗੇ ਨਾ, ਇਕੱਠੇ ਨਾ ਹੋਵਾਂਗੇ, ਉਹਨਾਂ ਚਿਰ ਆਪਣੇ ਫੈਸਲੇ ਨਹੀਂ ਹੋਣੇ। ਹਾਂਜੀ, ਨਾਲ ਲੋਕਾਂ ਨੂੰ ਜੋੜਦਾ ਵੀ ਸੀ ਨਾਲ, ਕਹਿੰਦਾ ਸੀ ਜਿਹੜੀ ਆਪਾਂ ਨਾ ਗਏ ਤੇ ਫਿਰ ਆਪਣੇ ਹੱਕ ਦੇ ਵਿੱਚ ਕੋਈ ਚੀਜ਼ ਬਣਨੀ ਨਹੀਂ। ਲੱਗੀ ਸੀ ਸਿਰ ਦੇ ਵਿੱਚ, ਦੁਬਾਰਾ ਪੋਸਟਮਾਰਟਮ ਦੀ ਗੱਲ ਹੋਈ, ਕਿਸ ਤਰ੍ਹਾਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ? ਕਹਿੰਦੇ ਕਿ ਰਿਪੋਰਟਾਂ ਹੀ ਗਲਤ ਬਣ ਗਈਆਂ ਸੀ। ਜੋ ਹੋਣਾ ਹੁੰਦਾ ਪਹਿਲੀ ਵਾਰੀ ਹੋ ਜਾਂਦਾ, ਦੁਬਾਰਾ ਤੇ ਐਵੇਂ ਖਾਲੀ ਕਹਿਣ ਦੀਆਂ ਗੱਲਾਂ ਨੇ। 40-45 ਮਿੰਟਾਂ ਦੇ ਵਿੱਚ 4-4 ਪੋਸਟਮਾਰਟਮ ਹੋ ਜਾਣੇ, ਕੋਈ ਮਾਮੂਲੀ ਜੀ ਗੱਲ ਆ। ਭੈਣ ਜੀ ਹੁਣੀ ਵੀ ਨਹੀਂ, ਭੈਣ ਖਾਨਾ ਪੂਰਤੀ ਕੀਤੀ ਗਈ ਖਾਲੀ, ਹੋਰ ਕੁਛ ਨਹੀਂ। ਖਾਨਾ ਪੂਰਤੀ ਬੇਸ਼ੱਕ ਦੁਬਾਰਾ ਪੋਸਟਮਾਰਟਮ ਕੀਤਾ ਗਿਆ, ਕਹਿੰਦੇ ਕਿ ਗੁਰਵਿੰਦਰ ਸਿੰਘ ਹੋਣਾ ਦੇ ਪਿਤਾ ਜੀ ਕਹਿ ਰਹੇ ਕਿ ਪਹਿਲੀ ਵਾਰ ਜਿਹੜੀ ਚੀਜ਼ ਹੋ ਜਾਂਦੀ ਆ, ਬਿਲਕੁਲ ਗੱਲ ਠੀਕ ਵੀ ਆ, ਕਿਉਂਕਿ ਜਿਹੜੇ ਸਬੂਤ ਕਲੈਕਟ ਕਰਨੇ ਹੁੰਦੇ ਉਹ ਪਹਿਲੀ ਵਾਰ 'ਚ ਕਲੈਕਟ ਹੋ ਜਾਂਦੇ ਆ। ਭੈਣ ਜੀ ਹੁਣੀ ਵੀ ਸਾਡੇ ਨਾਲ ਨੇ, ਗੁਰਵਿੰਦਰ ਸਿੰਘ ਹੋਣਾ ਦੇ। ਭੈਣ ਜੀ ਤੁਹਾਡੇ ਨਾਲ ਅਕਸਰ ਭੈਣ ਤੇ ਭਰਾ ਦਾ ਬਹੁਤ ਪਿਆਰ ਹੁੰਦਾ, ਕੀ ਕਹਿੰਦੇ ਹੁੰਦੇ ਸੀ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ, ਜਾਂ ਕੀ ਅਖੀਰਲੀਆਂ ਗੱਲਾਂ ਬਾਤਾਂ ਕੀ ਹੋਈਆਂ ਸੀ ਗੁਰਵਿੰਦਰ ਜੀ ਹੋਣਾ ਨਾਲ? ਅਸੀਂ ਤੇ ਆਪਣੇ ਸਹੁਰੇ ਸੀ ਤੇ ਜਦੋਂ ਜਾਣ ਲੱਗੇ ਸੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਮੈਨੂੰ ਮਿਲ ਕੇ ਜਾਇਓ, ਕਹਿੰਦੇ ਨਹੀਂ ਅਸੀਂ ਆਉਂਦੇ ਹੋਏ ਤੁਹਾਨੂੰ ਮਿਲ ਕੇ ਜਾਵਾਂਗੇ, ਤੇ ਮੈਂ ਫੋਨ ਵੀ ਕਾਫੀ ਕੀਤਾ ਤੇ ਫੋਨ ਨਹੀਂ ਚੁੱਕਿਆ, ਉਹਨਾਂ ਕੋਲ ਫੋਨ ਨਹੀਂ ਰੱਖਦੇ ਹੁੰਦੇ ਸੀ ਉਹ, ਤੇ ਕਬੀਰ ਜੀ ਹੋਰ ਨਾਲ ਸੀ ਉਹ ਫੋਨ ਰੱਖਦੇ ਸੀ, ਤੇ ਉਹਨਾਂ ਨੂੰ ਫੋਨ ਮੈਂ ਕੀਤਾ ਤੇ ਉਹਨਾਂ ਨੇ ਫੋਨ ਜਦੋਂ ਚੁੱਕਿਆ ਆਉਂਦੇ ਮਤਲਬ ਬਾਬਾ ਜੀ ਸ਼ਹੀਦ ਹੋ ਗਏ ਨੇ। ਉਦੋਂ ਬਾਅਦ ਤੁਹਾਨੂੰ ਪਤਾ ਹੀ ਹੈ ਕੀ ਬੀਤੀ, ਯਕੀਨ ਨਹੀਂ ਹੁੰਦਾ ਸੀ ਸਾਨੂੰ ਕਿ ਇਸ ਤਰ੍ਹਾਂ ਹੋਏਗਾ ਉਹਦੇ ਨਾਲ। ਜੀ ਨੂੰ ਕਿਦਾਂ ਦੇਖਦੇ ਹੋ, ਗੱਡੀਆਂ ਚਾੜ ਦਿੱਤੀਆਂ ਜਾਂਦੀਆਂ, ਮਾਤਾ ਜੀ ਕਹਿੰਦੇ ਕਿ ਬੈਕ ਕਰ ਕਰਕੇ ਗੱਡੀ ਚਾੜੀ ਗਈ ਇਹਨਾਂ ਦੇ? ਪਹਿਲਾਂ ਉਹਨਾਂ ਨੂੰ ਗੋਲੀ ਮਾਰੀ ਗਈ ਹੈ, ਫਿਰ ਜਦੋਂ ਉਹ ਡਿੱਗ ਗਏ ਆ ਫਿਰ ਵੀ ਉਹਨਾਂ ਚ ਸਵਾਸ ਚੱਲਦੇ ਸੀ, ਫਿਰ ਇਹਨਾਂ ਨੇ ਗੱਡੀ ਚੜਾਈ, ਫਿਰ ਉੱਥੇ ਖਤਮ ਹੋ ਗਏ। ਜਿਵੇਂ ਪਹਿਲਾਂ ਉਹਨੇ ਮਾਰੀ ਹੈ ਗੋਲੀ, ਉਹਨੂੰ ਗੋਲੀ ਮਾਰ ਕੇ ਭੱਜਿਆ ਉੱਥੋਂ, ਫਿਰ ਪਿਛਲੀਆਂ ਗੱਡੀਆਂ ਜਿਹੜੀਆਂ ਉੱਤੇ ਚੜਾਈਆਂ ਗਈਆਂ, ਦੋ ਗੱਡੀਆਂ ਪਿੱਛੋਂ ਆਈਆਂ। ਮੰਗ ਕੀ ਕਰਦੇ ਹੋ ਹੁਣ ਮੰਤਰੀ ਦੇ ਖਿਲਾਫ ਔਰ ਉਹਦੇ ਬੇਟੇ ਦੇ ਖਿਲਾਫ, ਕੀ ਸੋਚਦੇ ਹੋ ਤੁਸੀਂ, ਕੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਠੋਸ ਤਰੀਕੇ ਦੇ ਨਾਲ? ਹਾਲਾਂਕਿ ਮੰਤਰੀ ਦੇ ਮੁੰਡੇ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ। ਉਹਦੇ ਗ੍ਰਿਫਤਾਰ ਕੀਤਾ ਕੀ ਹੈ, ਕੋਈ ਗ੍ਰਿਫਤਾਰੀ ਨਹੀਂ ਉਹਦੀ ਖਾਲੀ। ਭੈਣ ਸਾਡੇ ਨਾਲ ਸੀ, ਮਾਤਾ ਜੀ ਹੁਣੀ ਸਾਡੇ ਨਾਲ ਸੀ, ਪਿਤਾ ਜੀ ਸਾਡੇ ਨਾਲ, ਉਹਨਾਂ ਦੇ ਚਾਚਾ ਜੀ ਔਰ ਭਰਾ ਨੇ। ਬਾਜੀ ਕਿਸ ਤਰ੍ਹਾਂ ਦੇਖਦੇ ਹੋ ਪੋਸਟਮਾਰਟਮ ਦੁਬਾਰਾ ਹੋਇਆ, ਤੁਹਾਨੂੰ ਲੱਗਦਾ ਕਿ ਨਿਆਂ ਮਿਲ ਪਾਊਗਾ? ਦੇਖੋ ਜੀ, ਰਿਪੋਰਟ ਤਾਂ ਸੇਮ ਹੀ ਰਹੀ ਜੋ ਹੈਗੀ ਸੀਗੀ, ਜੋ ਇਹਨਾਂ ਕਰਨਾ ਇਹ ਪਹਿਲੇ ਪੋਸਟਮਾਰਟਮ ਜੀ ਕਰਤਾ ਸੀਗਾ, ਜੋ ਇੱਥੇ ਕਮੈਂਡਮੈਂਟ ਸਾਡੇ ਨਾਲ ਕਰਕੇ ਗਈ ਉਹ ਕੁਛ ਨਹੀਂ, ਉੱਥੇ ਉਹਨਾਂ ਨੇ ਮਤਲਬ ਸਾਡੇ ਨਾਲ ਕੋਪਰੇਟ ਨਹੀਂ ਕੀਤਾ ਉਹਨਾਂ ਨੇ, ਇਹ ਸਭ ਚੀਜ਼ਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਸਾਥ ਦਿੰਦਾ ਸੀਗਾ। ਪਹਿਲੀ ਗੱਲ, ਜਦੋਂ ਰੂਟ ਹੀ ਡਾਇਵਰਟ ਕਰਤਾ ਸੀਗਾ ਤੇ ਉਹਨਾਂ ਦਾ ਆਉਂਦਾ ਇੱਥੇ ਕੋਈ ਮਤਲਬ ਨਹੀਂ ਹੈਗਾ, ਸ਼ਾਸਨ ਪ੍ਰਸ਼ਾਸਨ ਸਭ ਨਾਲ ਸੀਗਾ, ਜੋ ਇਹ ਹਰਕਤ ਹੋਈ ਆ ਸਭ ਇਹਨਾਂ ਮਿਲ ਕੇ ਕਰਾਈ ਹੈ। ਭਰਾ ਨੇ ਇਹਨਾਂ ਦੇ, ਬਾਈ ਜੀ ਛੋਟੇ ਭਰਾ ਸੀ ਤੁਹਾਡੇ ਤੋਂ, ਛੋਟੇ ਸੀ ਗੁਰਵਿੰਦਰ ਜੀ, ਕਿਸ ਤਰ੍ਹਾਂ ਦੇਖਦੇ ਹੋ? ਦੋ ਭਰਾ ਸੀਗੇ, ਇਕੱਲੇ ਰਹਿ ਗਏ ਬੇਸ਼ੱਕ ਤੁਸੀਂ, ਪਰ ਸਾਡੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਦਾ ਸਾਥ ਹੈ ਤੁਹਾਡੇ ਨਾਲ। ਪਰ ਵੀਰ ਜੀ, ਛੋਟੇ ਭਰਾ ਦੀ ਘਾਟ ਤੇ ਪੂਰੀ ਨਹੀਂ ਹੋ ਸਕਦੀ ਨਾ, ਛੋਟੇ ਭਰਾ ਦੀ ਘਾਟ ਤੇ ਪੂਰੀ ਨਹੀਂ ਹੋ ਸਕਦੀ ਨਾ ਜੀ, ਤਾਂ ਪੂਰੀ ਨਹੀਂ ਹੋਣੀ। ਪਰ ਕਿਸਾਨ ਮੋਰਚੇ ਦੇ ਸ਼ਹੀਦ ਹੋ ਗਏ ਉਹ, ਸਾਡੇ ਵਰਗੇ ਹੋਰ ਬਹੁਤ ਸਾਰੇ ਭਰਾ ਤੁਹਾਡੇ ਨਾਲ ਨੇ, ਕੀ ਜੇ ਇੱਕ ਭਰਾ ਚਾਹਵੇ ਕਿ ਮੇਰੇ ਭਰਾ ਦੀ ਮੌਤ ਦਾ ਬਦਲਾ, ਮੇਰੇ ਭਰਾ ਦੀ ਸ਼ਹਾਦਤ ਦਾ ਬਦਲਾ ਇਹ ਹੋਣਾ ਚਾਹੀਦਾ, ਇਹ ਸਜ਼ਾ ਮਿਲਣੀ ਚਾਹੀਦੀ, ਕੀ ਮੰਨਦੇ ਹੋ, ਕੀ ਸਜ਼ਾ ਮਿਲਣੀ ਚਾਹੀਦੀ ਉਹਨਾਂ? ਪਹਿਲੀ ਗੱਲ ਤੇ ਵੀਰ ਜੀ, ਉਹ ਸ਼ਹੀਦ ਹੋਏ ਨੇ, ਇਸ ਗੱਲ ਤੇ ਸਾਨੂੰ ਮਾਣ ਹੈ, ਪਰ ਹਾਂ ਇਨਸਾਫ ਜ਼ਰੂਰ ਹੋਣਾ ਚਾਹੀਦਾ ਹੈ, ਔਰ ਇਨਸਾਫ ਦੀ ਸਾਡੀ ਮੰਗ ਹੈ। ਕਹਿੰਦੇ ਕਿ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਕਿ ਬਾਹਰ ਹੀ ਨਾ? ਬਿਲਕੁਲ ਵੀਰ ਜੀ, ਕਿਉਂਕਿ ਉਹ ਇਕੱਲਾ ਸਾਡਾ ਭਰਾ ਨਹੀਂ ਸ਼ਹੀਦ ਹੋਇਆ, ਸਾਡੇ ਨਾਲ ਚਾਰ ਵੀਰ ਹੋਰ ਵੀ ਸ਼ਹੀਦ ਹੋਏ ਨੇ, ਸਾਡੇ ਨਾਲ ਚਾਰ ਵੀਰ ਹੋਰ ਵੀ ਸ਼ਹੀਦ ਹੋਏ ਨੇ ਮੇਰੇ ਭਰਾ ਦੇ ਨਾਲ।
देखो जी अहीं सीधी साफ सुथरी गल जी, जे उहदा पिओ उल्टे बयान ना दिंदा किसानां दे बारे ना इह घटना होणी सीगी। उहदे पिओ दा हंकार टुटे, उहदे पिओ दा हंकार टुटे, मंत्री पद तों हटाया जाए जदों तक जांच आ, कम से कम जिहड़ी जांच करन वाली टीम आ उत्ते कोई प्रैशर ना रहे, इहनूं बिलकुल बरखास्त कीता जाए मंत्री पद तों। इहदा हंकार टुटे नूं पता लगे कि इक छोटे छोटे घरां तों छोटे छोटे किसान की कर सकदे आ जो इहने जुल्म कीता आ, ते अड्ड साडे नाल सारा देश साडे नाल आ, ते किसी ना किते इहनूं बरखास्त कीता जावे, इहदे मुंडे नूं जो सख्त तों सख्त कारवाई जिहड़ी बणदी उह कीती जाए जी। सख्त कारवाई दी मंग उठ रही है कि उस मंत्री दा अस्तीफा होवे, उस नूं बरखास्त कीता जावे, ते नाल ही जो गिरफ्तारी होनी चाहीदी है गिरफ्तारी होनी चाहीदी, गिरफ्तारी दी मंग कीती जा रही, गिरफ्तारी हो गई उसदे बेटे दी और उसदे पिता दी भी गिरफ्तारी दी मंग कीती जा रही, ते नाल ही कहा जा रहा है कि उस नूं सरकार सस्पेंड करे, उहदे तों उतारिया जावे, जांच तां ही ठीक हो सकेगी। कैमरामैन मनप्रीत दे नाल विक्रम सिंह, प्रो पंजाब टीवी, लखीमपुर खीरी, उत्तर प्रदेश।